ਮੇਰੀ ਵਜ਼ੀਰਾ ਲੈ ਕੇ ਰਹਾਸ ਹੈ ਕਿ ਮੇਰਾ ਮੁਕੱਦਮਾ ਦਰਜ ਕੀਤਾ ਜਾਏ ਔਰ ਮੈਨੂੰ ਇਨਸਾਫ ਦਿੱਤਾ ਜਾਏ ਔਰ ਮੁਜਰਮ ਗ੍ਰਿਫਤਾਰ ਕੀਤੇ ਜਾਣ। ਮੈਂ DSP ਕੋਈ ਗਈ ਹਾਂ, ਉਹਨਾਂ ਵੀ ਕਿਹਾ ਕਿ ਜਾਓ ਚੌਂਕੀ ਜਾਓ, ਕਦੇ ਥਾਣੇ ਜਾਓ, ਕਦੇ ਕਿਤੇ ਜਾਓ, ਕੋਈ ਵੀ ਲਿਹਾਜ਼ਾ ਗੱਲ ਨਹੀਂ ਸਾਡੀ ਸੁਣ ਰਿਹਾ। ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਪਣੇ ਬੱਚੇ ਲੈ ਕੇ ਖੁਦਕੁਸ਼ੀ ਕਰ ਲਈ। ਜਿਹੜਾ ਮੈਂ ਜਵੇਦ ਨੂੰ ਪੜ੍ਹਾਇਆ, ਪੁਲਿਸ ਨੇ ਪੈਸੇ ਲੈ ਕੇ ਛੱਡ ਦਿੱਤਾ ਵੀ 8 ਵਿਜ਼ਨ ਚੌਂਕੀ ਵਾਲਿਆਂ। ਲੇਕਿਨ ਇੰਚਾਰਜ ਕਹਿੰਦਾ ਹੈ ਕਿ ਬੀਬੀ ਪੈਸੇ ਲੈ ਕੇ ਆਓ, ਅਸੀਂ ਕਿਸੇ ਟਾਈਮ ਰੋਟੀ ਖਾਂਦੇ ਹਾਂ, ਕਿਸੇ ਟਾਈਮ ਨਹੀਂ ਖਾਂਦੇ, ਗਰੀਬ ਔਰਤ ਹਾਂ, ਮੈਂ ਕਿੱਥੋਂ ਇੰਨੇ ਪੈਸੇ ਲੈ ਕੇ ਆਵਾਂ। ਉਹਨਾਂ ਮੈਨੂੰ ਝਿੜਕਾਂ ਦਿੱਤੀਆਂ, ਮੈਂ ਘਰ ਆ ਗਈ।